ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਰਾਜ ਟੇਸਟੀ ਕਿਜ਼ੀਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਟੀ ਟਾਈਮ ਸਨੈਕ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ, ਜਿਹਦੇ ਲਈ ਮੈਂ ਬ੍ਰੈਡ ਲਈ ਹੈ। ਬ੍ਰੈਡ ਨੂੰ ਆਪਾਂ ਇੰਨਾ ਛੋਟਾ ਛੋਟਾ ਕੱਟ ਲਿਆ ਹੈ ਸਲਾਈਸਿਸ ਵਿੱਚ। ਬੋਇਲਡ ਪੋਟੇਟੋ ਲਏ ਆ, ਟਮੇਟੋ ਪਿਊਰੀ ਆ, ਦੋ ਆਨੀਅਨ ਲਏ ਆ, ਲੰਬੇ ਲੰਬੇ ਕੱਟ ਲਏ ਆਪਾਂ ਇਹ। ਸੋਲਟ, ਕਰੀ ਲੀਵਸ, ਜੀਰਾ, ਮਸਟਰਡ ਸੀਡਸ, ਗਰਮ ਮਸਾਲਾ, ਹਲਦੀ, ਅਤੇ ਆਪਾਂ ਤਿੰਨ ਗ੍ਰੀਨ ਚਿਲੀਜ਼ ਲਈਆਂ ਆ। ਮੈਂ ਵਿੱਚੋਂ ਇਹਨਾਂ ਨੂੰ ਕੱਟ ਲਿਆ ਹੈ ਇੱਥੋਂ। ਚਲੋ ਆਪਾਂ ਰੈਸਿਪੀ ਬਣਾਉਣੀ ਸ਼ੁਰੂ ਕਰਦੇ ਹਾਂ। ਦੋ ਟੇਬਲ ਸਪੂਨ ਆਇਲ ਪਾ ਦਿੰਦੇ ਹਾਂ। ਹਾਫ ਟੀ ਸਪੂਨ ਜੀਰਾ ਪਾ ਦਿੰਦੇ ਹਾਂ। ਹਾਫ ਟੀ ਸਪੂਨ ਮਸਟਰਡ ਸੀਡਸ, ਕਰੀ ਲੀਵਸ, ਆਨੀਅਨ, ਜ਼ਿਆਦਾ ਨਹੀਂ ਨਹੀਂ ਭੁੰਨਣਾ, ਬਸ ਆਪਾਂ ਸੌਫਟ ਕਰਨਾ ਹੈ ਆਨੀਅਨ ਨੂੰ। ਆਨੀਅਨ ਸੌਫਟ ਹੋ ਗਏ ਆ, ਮੈਂ ਇਹਨਾਂ ਨੂੰ 5 ਮਿੰਟ ਲਈ ਲੋ ਫਲੇਮ 'ਤੇ ਭੁੰਨਿਆ ਆ, ਇਹ ਸੌਫਟ ਹੋ ਗਏ। ਮੈਂ ਤਾਂ ਪਿਊਰੀ ਐਡ ਕਰ ਦਿੰਦੀ ਹਾਂ ਇਹਦੇ। ਇੱਕ ਟੀਸਪੂਨ ਸੋਲਟ, ਇੱਕ ਟੀਸਪੂਨ ਜੀਰਾ, ਇੱਕ ਟੀਸਪੂਨ ਗਰਮ ਮਸਾਲਾ, ਇੱਕ ਟੀਸਪੂਨ ਹਲਦੀ। ਗ੍ਰੀਨ ਚਿੱਲੀ ਐਡ ਕਰ ਦਿੰਦੇ ਹਾਂ ਆਪਾਂ ਇਹ 'ਚ। ਪੋਟੇਟੋ, ਪੋਟੇਟੋ ਬੋਇਲ ਕੀਤੇ ਹੋਏ ਆ। ਢੱਕ ਕੇ ਥੋੜ੍ਹਾ ਜਿਹਾ ਆਪਾਂ ਇਹਨੂੰ ਪਕਾ ਲੈਂਦੇ ਹਾਂ 2 ਮਿੰਟ ਲਈ ਲੋਅ ਫਲੇਮ 'ਤੇ। ਥੋੜ੍ਹਾ ਜਿਹਾ 'ਚ ਪਾਣੀ ਐਡ ਕਰ ਦਿੰਦੇ ਆਪਾਂ। ਮਸਾਲਾ ਭੁੱਜ ਗਿਆ ਆਪਣਾ ਐਨ ਚੰਗੀ ਤਰ੍ਹਾਂ, ਆਲੂ ਵੀ ਹੋ ਗਏ ਆ। ਆਪਾਂ ਇਹਦੇ ਵਿੱਚ ਹੁਣ ਬ੍ਰੈਡ ਐਡ ਕਰ ਦਿੰਦੇ ਹਾਂ।
अपना ब्रेड का स्नैक बन के रेडी है। चलो आप सर्व कर लेंगे। चटनी पा दें, ग्रीन चटनी, मिंट चटनी। थोड़ा जा नमकीन, गिरियां, अनार दे दाने, मिर्च। लो जी अपना ब्रेड का स्नैक रेडी है। तुसी इहनू चाट भी कह सकते हैं। ब्रेड की बहुत ही स्वाद बनता है, बना के जरूर देखियो। तो जे तुहानू मेरी अज की रैसपी वधिया लगी तो प्लीज़ चैनल में लाइक शेयर तो सबसक्राइब जरूर करो, तो बैल आइकन जरूर दबियो तुहानू मेरी नैक्सट वीडियो की नोटिफिकेशन मिल जाए। मिलते हैं नैक्सट वीडियो में। थैंक यू सो मच, बाय।